ਵੀ ਕਹਿਣਾ ਸਾਡਾ ਇਹੋ ਹੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਐਫ ਆਈ ਆਰ ਇਹਨਾਂ 'ਤੇ ਦਰਜ ਹੋਈ ਆ, ਅਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਆ, ਉਹ ਕਹਿੰਦੇ ਵੀ 41A ਦਾ ਇੱਕ ਨੋਟਿਸ ਦੇਣਾ ਹੁੰਦਾ, ਉਹ ਦੇ ਰਹੇ ਆ। ਜਿਹਦਾ ਸਾਡੇ ਆਗੂਆਂ ਨੇ ਦੱਸਿਆ, ਮਸੀਹ ਭਾਈਚਾਰੇ ਦੇ ਆਗੂਆਂ ਨੇ, ਸਾਡੇ ਭਰਾਵਾਂ ਨੇ ਦੱਸਿਆ ਵੀ 7 ਦਿਨ ਦਾ ਅਸੀਂ ਇਹਨਾਂ ਨੂੰ ਟਾਈਮ ਦੇ ਰਹੇ ਹਾਂ, 7 ਦਿਨ ਦੇ ਵਿੱਚ ਅਗਰ ਪ੍ਰਸ਼ਾਸਨ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦਾ ਵਾ ਤਾਂ ਬਹੁਤ ਵਧੀਆ ਗੱਲ ਹੈ, ਨਹੀਂ ਤਾਂ ਮਸੀਹ ਭਾਈਚਾਰਾ ਰੋਡ 'ਤੇ ਉਤਰੇਗਾ ਔਰ ਵੱਡੀ ਜਿਹੜੀ ਅਸੀਂ ਵੱਡਾ ਸੰਘਰਸ਼ ਕਰਾਂਗੇ ਔਰ ਇਹਨੂੰ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਏਗਾ। ਇੱਕ ਤੁਹਾਡੀ ਡਿਮਾਂਡ ਸੀਗੀ ਕਿ ਜਿਹੜਾ NRI ਬਾਬਾ ਨਾਲ ਬੈਠਾ ਹੋਇਆ ਸੀ ਉਹਦਾ ਜਿਹੜਾ ਪਾਸਪੋਰਟ ਜ਼ਬਤ ਕੀਤਾ ਜਾਵੇ। ਜੀ, ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਤੀ ਆ, LOC ਜਾਰੀ ਕਰ ਰਹੇ ਨੇ ਔਰ ਉਹਨਾਂ ਨੇ ਅੰਬੈਸੀਆਂ ਨੂੰ ਵੀ ਮੈਸੇਜ ਭੇਜਤਾ ਵਾ, ਇਹਨੂੰ ਬੰਦੇ ਨੂੰ ਬਾਹਰ ਨਹੀਂ ਭੱਜ ਦਿੱਤਾ ਜਾਊਗਾ। ਇਹ ਜਿਹੜਾ ਬਾਰ ਬਾਰ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ, ਮੈਂ ਦੱਸਣਾ ਚਾਹੁੰਦਾ ਵੀ ਮਸੀਹ ਭਾਈਚਾਰਾ ਤੈਨੂੰ ਕਦੀ ਮਾਫ਼ ਨਹੀਂ ਕਰੇਗਾ, ਕਿਉਂਕਿ ਤੂੰ ਸਿੱਖ ਭਾਈਚਾਰੇ ਨੂੰ ਔਰ ਮਸੀਹ ਭਾਈਚਾਰੇ ਨੂੰ ਆਪਸ 'ਚ ਲੜਾਉਣ ਦੀ ਕੋਸ਼ਿਸ਼ ਕੀਤੀ ਆ। ਸਿੱਖ ਜਿਹੜੇ ਸਾਡੇ ਵੱਡੇ ਭਰਾ ਨੇ, ਅਸੀਂ ਦਿਲੋਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਮਗਰ ਤੇਰੇ ਵਰਗੇ ਢੌਂਗੀ ਬਾਬਿਆਂ ਨੂੰ ਅਸੀਂ ਛੱਡਣਾ ਨਹੀਂ ਆ, ਤੈਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜ਼ਰੂਰ ਸੁਟਾਵਾਂਗੇ ਔਰ ਤੇ ਬੰਦੀ ਕਾਨੂੰਨੀ ਕਾਰਵਾਈ ਅੱਗੇ ਵੀ ਕਰਵਾਈ ਜਾਏਗੀ। ਵਰਗੀ ਹੋਰ ਚਰਚ ਵੀ ਹੈ, ਮਗਰ ਮੈਡਮ ਵੱਲੋਂ ਅੰਕੁਰ ਨਰੂਲੇ ਨੂੰ ਵਾਰ ਵਾਰ ਟਾਰਗੇਟ। ਦੇਖੋ, ਤੁਹਾਨੂੰ ਦੱਸਿਆ ਜਿੱਦਾਂ ਵੀ ਹੁਣੇ ਸਾਡੇ ਭੈਣਾਂ ਨੇ ਦੱਸਿਆ, ਭਰਾਵਾਂ ਨੇ ਦੱਸਿਆ ਵੀ ਜਿਹੜੀ ਉਹ ਮੈਡਮ ਹੈਗੀ ਆ ਉਹ ਪੈਸਿਆਂ ਦੀ ਮੰਗ ਕਰਦੀ ਆ, ਅਸੀਂ ਉਹਨੂੰ ਪੈਸੇ ਨਹੀਂ ਦੇ ਸਕਦੇ, ਅਸੀਂ ਆਪਣੇ ਗਰੀਬ ਭੈਣ ਭਰਾਵਾਂ ਦੀ ਸਾਰ ਜ਼ਰੂਰ ਲੈ ਸਕਦੇ ਹਾਂ, ਮਗਰ ਇੱਦਾਂ ਦੇ ਲੋਕਾਂ ਨੂੰ ਅਸੀਂ ਪੈਸੇ ਬਲੈਕਮੇਲਰਾਂ ਨੂੰ ਪੈਸੇ ਨਹੀਂ ਦੇ ਸਕਦੇ। ਸਾਡੇ ਕੋਲ 10 ਕਰੋੜ ਰੁਪਈਆ ਔਰ 10 ਕਿੱਲੇ ਜਗ੍ਹਾ ਮੰਗਦੇ, ਤੁਹਾਨੂੰ ਪਿਛਲੇ ਵੀਡੀਓ ਵੀ ਤੁਹਾਨੂੰ ਦਿਖਾਈਆਂ ਔਰ ਤੁਹਾਨੂੰ ਸਰ ਪਿਛਲੀ ਪ੍ਰੈਸ ਕਾਨਫਰੰਸ 'ਚ ਤੁਹਾਨੂੰ ਦੱਸਿਆ ਵੀ ਸੀ। ਇੱਕ ਤੁਸੀਂ ਮੰਗ ਕੀਤੀ ਹੈ ਕਿ ਅਸੀਂ ਇਹਨਾਂ ਦੇ ਜਿਹੜੇ ਬੈਂਕ ਅਕਾਊਂਟ ਹੈ ਉਹ ਵੀ ਪ੍ਰਸ਼ਾਸਨ ਕਰਾਂਗੇ ਚੈੱਕ ਕੀਤੇ ਗਏ, ਕਿਉਂਕਿ ਤੁਹਾਡੇ ਵੱਲੋਂ ਆਰੋਪ ਲਗਾਇਆ ਜਾ ਰਿਹਾ ਕਿ ਬਾਹਰੋਂ ਫੰਡਿੰਗ ਹੋ ਰਹੀ ਹੈ। ਬਿਲਕੁਲ ਜੀ, ਬਿਲਕੁਲ, ਸਰਕਾਰ ਦੇਖੇ ਪ੍ਰਸ਼ਾਸਨ, ਸਰਕਾਰ ਦੇਖੇ ਜੀ ਉਹ ਪ੍ਰਸ਼ਾਸਨ ਦੇਖੇ ਸਾਰਾ, ਅਸੀਂ ਤਾਂ ਬੇਨਤੀ ਕਰ ਰਹੇ ਹਾਂ, ਅਸੀਂ ਬੇਨਤੀ ਕਰ ਰਹੇ ਹਾਂ ਔਰ ਅਸੀਂ ਵੱਖ ਵੱਖ ਜ਼ਿਲ੍ਹਿਆਂ 'ਚ ਮੰਗ ਪੱਤਰ ਵੀ ਦਿੱਤੇ ਆ, ਉੱਥੇ ਵੀ ਇਹਨਾਂ ਦੇ ਉੱਪਰ ਜ਼ਰੂਰ ਕੜੀ ਤੋਂ ਕੜੀ ਕਾਰਵਾਈ ਕਰਵਾਈ ਜਾਏਗੀ। ਕਿੰਨੀ ਦੇਰ ਹੋਰ ਲੱਗੇਗੀ ਕਿ ਜੇ ਹੋਰ ਵੀ ਜਗ੍ਹਾ ਦੇ ਉੱਤੇ FIR ਲਾਂਚ ਹੋ ਜਾਏਗੀ? ਤੁਹਾਨੂੰ ਦੱਸਿਆ ਵੀ ਲੰਬਾ ਸਮਾਂ ਹੋ ਗਿਆ। ਦੇਖੋ, 7 ਦਿਨ ਤਾਂ ਅਸੀਂ ਦਿੱਤੇ ਆ ਜਲੰਧਰ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲ ਕਰਕੇ, ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ, ਜਲੰਧਰ ਪੁਲਿਸ ਕਮਿਸ਼ਨ ਦਾ ਅਸੀਂ ਧੰਨਵਾਦ ਕਰਦੇ ਹਾਂ ਵੀ ਸਾਡੀ ਉਹਨਾਂ ਨੇ ਬੇਨਤੀ ਸੁਣੀ ਆ। ਜਿਹੜੇ ਆ ਢੌਂਗੀ ਬਾਬੇ ਜਿਹੜੇ ਆਪਣਾ ਮੂੰਹ ਚੁੱਕ ਕੇ ਆ ਜਾਂਦੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ, ਉਹ 'ਤੇ FIR ਦਰਜ ਕੀਤੀ ਆ, ਉਹ ਜਿਹੜੀ ਉਹ ਸ਼ਰਾਰਤਨ ਔਰਤ ਆ ਉਹ 'ਤੇ FIR ਦਰਜ ਕੀਤੀ ਸੀ। ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਅਸੀਂ ਉਹਨਾਂ ਨੂੰ ਬੇਨਤੀ ਕਰ ਰਹੇ ਵੀ 7 ਦਿਨ ਦੇ ਵਿੱਚ ਇਹਨਾਂ ਨੂੰ ਫੜਿਆ ਜਾਵੇ, ਕਿਉਂਕਿ ਜਿਹੜਾ ਵਾ ਇਹ ਬਾਰ ਬਾਰ ਰੋਜ਼ ਕੋਈ ਨਾ ਕੋਈ ਕਿਤੇ ਨਾ ਕਿਤੇ ਵੀਡੀਓ ਪਾ ਕੇ ਆਪਸੀ ਭਾਈਚਾਰਕ ਸਾਂਝ ਨੂੰ ਢਾਲ ਆ ਰਹੇ ਨੇ। ਅੱਛਾ, ਇੱਕ ਮਿੰਟ ਮੈਂ ਤੁਹਾਨੂੰ